ਦੱਸ ਦਈਏ ਕਿ ਕਿਸਾਨਾਂ ਨੇ ਦਿੱਲੀ ਦੇ ਵਿੱਚ ਐਂਟਰੀ ਕਰ ਲਈ ਹੈ, ਪਰ ਸਾਡੇ ਜੋ ਸਕਾਈ ਨਿਊਜ਼ ਪੰਜਾਬ ਦੇ ਰਿਪੋਰਟਰ ਨੇ ਤੁਹਾਨੂੰ ਪਲ ਪਲ ਦੀਆਂ ਖਬਰਾਂ ਦੇਣ ਦੇ ਲਈ ਵੱਖ ਵੱਖ ਬਾਰਡਰਾਂ ਤੇ ਪਹੁੰਚੇ ਹੋਏ ਨੇ। ਸੋ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਹੈੱਡ ਕਿਰਨ ਵਿਸ਼ੇਸ਼ ਜੀ। ਹਾਂਜੀ ਵਿਸ਼ੇਸ਼ ਜੀ ਜੀ, ਖਨੌਰੀ ਬਾਰਡਰ ਤੋਂ ਕਿਸਾਨਾਂ ਦੇ ਹਾਲ ਚਾਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੁਝ ਕਿਸਾਨ ਨੌਜਵਾਨਾਂ ਵੱਲੋਂ ਤੋੜਿਆ ਗਿਆ ਸੀ ਤਾਂ ਉਸ ਵੇਲੇ ਰਾਹ ਫੁੱਲ ਘੱਟ ਜੁੜ ਗਿਆ ਸੀ, ਪਰੰਤੂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਅਸੀਂ ਇੱਥੇ ਹੀ ਧਰਨਾ ਦੇਣਾ ਹੈ। ਇਸ ਧਰਨੇ ਦੇ ਵਿੱਚ ਅਸੀਂ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰਨਾ ਹੈ ਸਰਕਾਰ ਦੇ ਉੱਤੇ, ਜਿਹੜਾ ਲੋਕਾਂ ਨੇ ਇਹ ਬੈਰੀਕੇਡ ਤੋੜੇ ਹਨ, ਉਹ ਕਿਸਾਨ ਜਥੇਬੰਦੀ ਦਾ ਹਿੱਸਾ ਵੀ ਹੋ ਸਕਦੇ, ਉਹ ਸਰਕਾਰ ਵੱਲੋਂ ਕੱਢੇ ਗਏ ਸ਼ਰਾਰਤੀ ਕਦਮ ਹਨ। ਉਸ ਤੋਂ ਬਾਅਦ ਰਾਤ ਵੇਲੇ ਇਹਨਾਂ ਨੇ ਫੈਸਲਾ ਲਿੱਤਾ ਤਾਂ ਉਸ ਫੈਸਲੇ ਵਿੱਚ ਇਹ ਐਲਾਨ ਕੀਤਾ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿ ਅਸੀਂ ਕੱਲ ਸਵੇਰੇ 11 ਵਜੇ ਦਿੱਲੀ ਵੱਲ ਕੂਚ ਕਰਾਂਗੇ। ਸੋ ਉਸੇ ਤਰ੍ਹਾਂ ਇਹਨਾਂ ਨੇ ਸਵੇਰ ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਬਿਲਕੁਲ ਜੀ, ਕਲੋਨੀ ਬੋਰਡਰ ਦੇ ਨਜ਼ਦੀਕ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਇਕੱਠੀਆਂ ਹੋਣੀ ਸ਼ੁਰੂ ਹੋ ਗਈਆਂ ਸਨ। ਇਹ ਤਾਂ ਸਵੇਰ ਦਾ ਸੀ ਨਜ਼ਾਰਾ, ਹੋਰ ਕੁਝ ਪੁੱਛਣਾ ਚਾਹੋਗੇ ਜੀ? ਕਿਰਨ ਜੀ, ਇਸ ਘਟਨਾ ਲਈ ਗੱਲ ਕਰਨੀ ਚਾਹਾਂਗੇ ਕਿ ਜੋ ਕਿਸਾਨ ਨੇ ਉਹ ਇੰਨੇ ਸੰਘਰਸ਼ ਕਰ ਰਹੇ ਨੇ ਤੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਥੇਬੰਦੀ ਦੇ ਲੀਡਰ ਨਾਲ ਵੀ ਕੋਈ ਗੱਲਬਾਤ ਹੋਈ ਹੈ, ਇਸ ਮੁੱਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇ ਦਿੱਤੀ ਹੈ ਜਾਂ ਫਿਰ ਕੋਈ ਵੀ ਇਸ ਤਰੀਕੇ ਦੀ ਖਬਰ, ਮਤਲਬ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ?
ਬਿਲਕੁਲ ਇਸ ਵਾਰੀ ਜੋ ਖਬਰ ਆਈ ਸੀ ਪਹਿਲਾਂ ਕਿ ਜਿਹੜੇ ਕੇਜਰੀਵਾਲ ਹੈਗੇ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਿੱਲੀ ਤੋਂ, ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀਗਾ ਕਿ ਅਸੀਂ ਕਿਸਾਨਾਂ ਦੇ ਸਮਰਥਕ ਹੈਗੇ ਆ, ਸਾਨੂੰ ਉਹ 6 ਥਾਵਾਂ ਦੇਣੀ ਚਾਹੀਦੀਆਂ ਦਿੱਲੀ ਵਿੱਚ ਜਿੱਥੇ ਕਿਸਾਨ ਆ ਕੇ ਬੈਠ ਸਕਣ, ਜੇ ਉਸਦੀ ਮਨਜ਼ੂਰੀ ਮੰਗੀ ਗਈ ਸੀਗੀ। ਇਸੇ ਤਰ੍ਹਾਂ ਦਿੱਲੀ ਪੁਲਿਸ ਨੇ ਵੀ ਦਿੱਲੀ ਸਰਕਾਰ ਤੋਂ ਮਨਜ਼ੂਰੀ ਮੰਗੀ ਸੀ, ਜਿਹਦੀ ਗੱਲਬਾਤ ਹਜੇ ਵਿੱਚ ਜਿਹਦੀ ਜਿੱਦਾਂ ਚੱਲਦੇ ਹੋਣਾ। ਇੱਕ ਖਬਰ ਹੋਰ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਨੇ ਇਸ ਗੱਲ ਨੂੰ ਸਵੀਕਾਰ ਲਿਆ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਆਰਾਮ ਦੇ ਨਾਲ ਅੰਦਰ ਦਿੱਤਾ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਘਟਨਾ ਸਾਹਮਣੇ ਨਾ ਆਵੇ। ਤੇ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਜਿਹੜਾ ਰਾਮਲੀਲਾ ਗਰਾਊਂਡ ਆ ਦਿੱਲੀ ਦਾ, ਉਹਦੇ ਵਿੱਚ ਰਫੇ ਇਕੱਠੇ ਕੀਤਾ ਜਾਵੇ, ਤਾਂ ਕਿ ਆਉਣ ਵਾਲੀ ਤਸਵੀਰਾਂ ਕੀ ਹੋਣਗੀਆਂ ਇਹ ਕੁਛ ਸਮੇਂ ਬਾਅਦ ਪਤਾ ਲੱਗੇਗਾ। ਜੀ ਜੀ ਕਿਰਨ ਜੀ, ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਸਮਾਂ ਕੱਢਣ ਵਾਸਤੇ, ਸਾਨੂੰ ਦੱਸਣ ਵਾਸਤੇ ਕਿ ਬਾਰਡਰ ਦੇ ਹਾਲਾਤ ਉੱਥੇ ਕਿਵੇਂ ਦੇ ਨੇ, ਕਿਸਾਨ ਕਿੰਨਾ ਸੰਘਰਸ਼ ਕਰ ਰਹੇ ਨੇ। ਸੋ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿੰਨੀਆਂ ਵੀ ਮਰਜ਼ੀਆਂ ਕਿਸਾਨ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ, ਪਰ ਉਹ ਕਹਿ ਰਹੇ ਨੇ ਕਿ ਅਸੀਂ ਆਪਣੇ ਹੱਕ ਨੇ ਜੋ ਉਸਦੇ ਲਈ ਲੜ ਰਹੇ ਹਾਂ, ਤੇ ਸਰਕਾਰ ਤੋਂ ਅਸੀਂ ਆਪਣੀਆਂ ਜੋ ਮੰਗਾਂ ਨੇ ਉਹ ਮਨਵਾ ਕੇ ਹੀ ਰਵਾਂਗੇ। ਸੋ ਇਸ ਦੇ ਨਾਲ ਹੀ ਹੁਣ ਵੇਲਾ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ, ਤੇ ਇਸ ਦੇ ਨਾਲ ਤੁਸੀਂ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ, ਹਰਿਆਣਾ ਤੇ ਹਿਮਾਚਲ ਨਾਲ।